ਜੈ ਸ਼ਿਵਾ ਪਰ ਮੋਹੇ ਕਿਹਾ ਸ਼ੁਭ ਕਰਮਨ ਤੇ ਕਰੋ ਨਾ ਡਰੋ ਨਾ ਡਰੋ ਅਰ ਸਿਓ ਜਪ ਜਾਹਿ ਲਰੋ ਨਿਸ਼ਚੇ ਕਰ ਆਪਣੀ ਜੀਤ ਕਰ। ਵਕਤ ਦੀਆਂ ਸਰਕਾਰਾਂ ਕਹਿੰਦੀਆਂ ਸਨ ਕੋਈ ਘੋੜਾ ਨਹੀਂ ਰੱਖ ਸਕਦਾ, ਕੋਈ ਫੌਜ ਨਹੀਂ ਰੱਖ ਸਕਦਾ, ਕੋਈ ਕਲਗੀ ਨਹੀਂ ਲਗਾ ਸਕਦਾ, ਪਰ ਬਾਜਾਂ ਵਾਲੇ ਸਤਿਗੁਰਾਂ ਨੇ ਖਾਲਸਾ ਜੀ ਸਿੱਖ ਕੌਮ ਨੂੰ ਪੈਦਾ ਹੋਇਆ ਜਾਂ ਸ਼ੁਰੂ ਹੋਇਆ ਕੋਈ ਬਹੁਤਾ ਸਮਾਂ ਨਹੀਂ ਹੋਇਆ। ਇੱਕ ਵਾਰੀ ਪਿਆਰ ਨਾਲ ਆਖੋ ਸ੍ਰੀਵਾਸ, ਬਹੁਤਾ ਲੰਮਾ ਸਮਾਂ ਨਹੀਂ ਹੋਇਆ, ਪਰ ਇਹ ਸਤਿਗੁਰੂ ਦੀ ਕਿਰਪਾ ਹੈ, ਇਸ ਫੌਜ ਤੇ ਕਿਰਪਾ ਹੈ। ਕਿਉਂ ਕਿਰਪਾ ਹੈ? ਕਿ ਇਹ ਫੌਜ ਅਕਾਲ ਪੁਰਖ ਦੀ ਹੈ। ਇੱਕ ਵਾਰੀ ਪਿਆਰ ਨਾਲ ਗੱਜ ਕੇ ਆਖੋ ਸ੍ਰੀਵਾਸ, ਕਿਉਂਕਿ ਮਹਾਰਾਜ ਕਹਿੰਦੇ ਨੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਜਾਵੇ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਕਿਨ ਕੀ ਪ੍ਰਤੀਤ। ਸਤਿਗੁਰਾਂ ਨੇ ਬੜੀ ਸਾਡੇ ਤੇ ਅਪਾਰ ਕਿਰਪਾ ਕੀਤੀ ਹੈ, ਪੰਜਾਂ ਦੀ ਚੋਣ ਕੀਤੀ, ਪੰਜਾਂ ਨੂੰ ਅੰਮ੍ਰਿਤ ਛਕਾਇਆ, ਪੰਜ ਪੰਜ ਕੁੱਟ ਛਕਾਏ, ਪੰਜ ਪੰਜ ਨੇਤਰਾਂ ਵਿੱਚ ਛੱਟੇ ਮਾਰੇ, ਹਰ ਵਾਰ ਆਖਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਵੀਰ ਆਸਣ ਹੋ ਕੇ ਮਹਾਰਾਜ ਨੇ ਖੱਬੇ ਹੱਥ ਉੱਤੇ ਸੱਜਾ ਹੱਥ ਰੱਖ ਕੇ ਆਖਿਆ ਮੋਹ ਬੇਨਤੀ ਪਾਚਨ ਆਗੇ। ਸਵਰਗਵਾਸੀ ਸੰਤ ਕਰਮ ਸਿੰਘ ਜੀ ਬਾਲਮ ਮੇਰੇ ਲੈਕਚਰ ਦੇ ਉਸਤਾਦ ਸਨ, ਉਹ ਲਿਖਦੇ ਨੇ ਕਿ ਮੋਹ ਬੇਨਤੀ ਪਾਚਨ ਆਗੇ, ਹਮ ਸੇਵਕ ਤੁਮ ਸਤਗੁਰ ਲਾਗੇ, ਹਮ ਜਾਚਕ ਤੁਮ ਦਾਨੀ ਭਾਰੇ, ਅੰਮ੍ਰਿਤ ਦਾਤੇ ਪੰਜ ਪਿਆਰੇ, ਜਿਵ ਸਿਆਲ ਤੇ ਸਿੰਘ ਬਏ ਹੋ, ਅੰਮ੍ਰਿਤ ਛਕ ਅਮਰ ਹੋ ਗਏ ਹੋ, ਤਿਮ ਮਮ ਖਰੀਪੈ ਕਿਰਪਾ ਕੀਜੈ, ਖੈਰ ਪੋਹਲ ਕਾ ਦਾਸ ਕੋ ਦੀਜੈ, ਗੋਬਿੰਦ ਰਾਏ ਤੇ ਸਿੰਘ ਬਣਾਓ, ਵਿਛੜੇ ਹੋਏ ਕੋ ਸਾਧ ਮਨਾਓ। ਜਿਹੜੇ ਉਸਤਾਦ ਲੋਕ ਹੁੰਦੇ ਨੇ ਉਹਨਾਂ ਕੋਲੋਂ ਕੀ ਮਿਲਦਾ ਹੈ? ਉਹਨਾਂ ਦੀ ਜ਼ਿੰਦਗੀ ਦਾ ਤਜਰਬਾ। ਗਿਆਨੀ ਭਾਜੀ ਸੁਰਜੀਤ ਸਿੰਘ ਜੀ, ਗਿਆਨ ਸਿੰਘ ਜੀ ਸੁਰਜੀਤ ਨੂੰ ਪਤਾ ਹੈ ਕਿ ਕੋਮਲ ਸਾਹਿਬ ਕਿੰਨੇ ਵਿਦਵਾਨ ਸਨ। ਇੱਕ ਵਾਰੀ ਪਿਆਰ ਨਾਲ ਆਖੋ ਸ੍ਰੀਵਾਸ, ਗਿਆਨੀ ਦਰਸ਼ਨ ਸਿੰਘ ਜੀ ਕੋਮਲ, ਜਿਹੜੇ ਉਸਤਾਦ ਹੁੰਦੇ ਨੇ ਉਹ ਆਪਣੀ ਜ਼ਿੰਦਗੀ ਦਾ ਤਜਰਬਾ ਆਪਣੇ ਸ਼ਾਗਿਰਦ ਨੂੰ ਦੇ ਦਿੰਦੇ ਨੇ, ਪਰ ਦਿੰਦੇ ਉਹਨੇ ਜਿਹੜਾ ਪਾਤਰ ਹੋਵੇ। ਇੱਕ ਵਾਰੀ ਪਿਆਰ ਨਾਲ ਆਖੋ ਸ੍ਰੀਵਾਸ, ਮਾਫ਼ ਕਰਨਾ, ਇੱਥੇ ਤਾਂ ਪਤਾ ਹੀ ਕਿਸੇ ਨੂੰ ਉਸਤਾਦ ਹੁੰਦਾ ਕੀ ਹੈ, ਉਸਤਾਦ ਦਾ ਸਤਿਕਾਰ ਕੀ ਹੁੰਦਾ, ਉਸਤਾਦ ਨੂੰ ਮਿਲੀਦਾ ਕਿਵੇਂ ਹੈ। ਇੱਕ ਵਾਰੀ ਪਿਆਰ ਨਾਲ ਆਖੋ ਸ੍ਰੀਵਾਸ, ਉਸਤਾਦ ਦੇ ਲਫ਼ਜ਼ੀ ਮਾਇਨਿਆਂ ਵਿੱਚ ਉਸਤਾਦ ਨੂੰ ਸਮਝਣਾ ਵੀ ਉਸਤਾਦ ਕੀ ਚੀਜ਼ ਹੈ। ਇੱਕ ਵਾਰੀ ਆਖੋ ਸ੍ਰੀਵਾਸ, ਉਸਤਾਦ ਦਾ ਸਤਿਕਾਰ ਮਾਂ ਬਾਪ ਨਾਲੋਂ ਜੋ ਜਨਮ ਦੇਣ ਵਾਲੇ ਨੇ ਉਹਨਾਂ ਨਾਲੋਂ ਵੱਧ ਹੁੰਦਾ ਹੈ। ਇੱਕ ਵਾਰੀ ਆਖੋ ਸ੍ਰੀਵਾਸ, ਕਿਉਂਕਿ ਮਾਂ ਬਾਪ ਜਿਹੜਾ ਉਹ ਜਨਮ ਦੇ ਸਕਦਾ ਉਹ ਕਰਮ ਨਹੀਂ ਦੇ ਸਕਦਾ, ਲੇਕਿਨ ਉਸਤਾਦ ਕਰਮ ਜ਼ਿੰਦਗੀ ਜ਼ਿੰਦਗੀ ਭਰ ਦੀ ਰੋਟੀ ਲਾ ਦਿੰਦਾ। ਆਖੋ ਪਿਆਰ ਨਾਲ ਸ੍ਰੀਵਾਸ, ਔਰ ਉਹ ਆਪਣੀ ਜਿਹੜੀ ਕਮਾਈ ਹੈ ਜ਼ਿੰਦਗੀ ਦੀ ਉਹ ਉਸਤਾਦ ਆਪਣੇ ਸ਼ਾਗਿਰਦ ਨੂੰ ਦੇ ਦਿੰਦਾ ਔਰ ਚੰਦ ਮਿੰਟਾਂ ਵਿੱਚ ਦੇ ਦਿੰਦਾ। ਇੱਕ ਵਾਰੀ ਪਿਆਰ ਨਾਲ ਆਖੋ ਸ੍ਰੀਵਾਸ, ਮੇਰੇ ਉਸਤਾਦ ਜੀ ਸਨ, ਮੈਂ ਕਿਉਂਕਿ ਮੈਂ ਉਸਤਾਦ ਉਹਨਾਂ ਨੂੰ ਮਿਲਿਆ ਸੀ, ਪੱਗ ਉਹਨਾਂ ਨੂੰ ਦਿੱਤੀ ਸੀ, ਸੋ ਉਹਨਾਂ ਦਾ ਲੈਟਰ ਮੈਨੂੰ ਦੂਜੀ ਜਗ੍ਹਾ ਤੋਂ ਲੈਣਾ ਪਿਆ ਕਿਸੇ ਪ੍ਰੇਮੀ ਕੋਲੇ ਸੀ। ਉਸਤਾਦ ਨੂੰ ਉਹਨਾਂ ਦੀ ਸੇਵਾ ਕਰਕੇ ਮੈਂ ਉਹਨੂੰ ਉਸਤਾਦ ਨੂੰ ਵੱਧ ਉਹਨਾਂ ਦੀ ਸੇਵਾ ਕੀਤੀ, ਮੇਰੇ ਉਸਤਾਦ ਦਾ ਲੈਟਰ ਮੈਨੂੰ ਉਹਨਾਂ ਕੋਲ ਲੈਣਾ ਪਿਆ, ਸੋ ਮੈਂ ਉਸਤਾਦ ਦੀ ਬਹੁਤੀ ਸੇਵਾ ਵੀ ਨਹੀਂ ਕਰ ਸਕਿਆ ਕਿਉਂਕਿ ਉਹਨਾਂ ਕੋਲ ਸਮਾਂ ਥੋੜ੍ਹਾ ਸੀ, ਉਹ ਛੇਤੀ ਚੜ੍ਹਾਈ ਕਰਕੇ ਸਨ। ਆਖੋ ਪਿਆਰ ਨਾਲ ਸ੍ਰੀਵਾਸ, ਸੋ ਖਾਲਸਾ ਜੀ ਮੇਰਾ ਕਹਿਣ ਤੋਂ ਭਾਵ ਮੈਂ ਅਰਜ਼ ਕਰ ਰਿਹਾ ਸਰ, ਉਹ ਲਿਖਦੇ ਨੇ ਕਿ ਮੋਹ ਬੇਨਤੀ ਪਾਚਨ ਆਗੇ, ਹਮ ਸੇਵਕ ਤੁਮ ਸਤਿਗੁਰ ਲਾਗੇ, ਹਮ ਜਾਚਕ ਤੁਮ ਦਾਨੀ ਭਾਰੇ, ਅੰਮ੍ਰਿਤ ਦਾਤੇ ਪੰਜ ਪਿਆਰੇ, ਜਿਵ ਸਿਆਲ ਤੇ ਸਿੰਘ ਪਏ ਹੋ, ਅੰਮ੍ਰਿਤ ਛਕ ਅਮਰ ਹੋ ਗੈਮ ਹੋ, ਤਿਮ ਮਖਰੀਪੈ ਕਿਰਪਾ ਕੀਜੈ, ਖੈਰ ਪੌੜ ਕਾ ਦਾਸ ਕੋ ਦੀਜੈ, ਗੋਬਿੰਦ ਰਾਜ ਦੇ ਸਿੰਘ ਬਣਾਓ, ਵਿਛੜੇ ਹੋਏ ਕੋ ਸਾਥ ਮਨਾ। ਭਾਈ ਦਇਆ ਸਿੰਘ ਨੇ ਜੁਰਤ ਕੀਤੀ ਕਿ ਬਾਜਾ ਵਾਲਿਆ, ਤੁਸੀਂ ਸਾਡੇ ਕੋਲ ਅੰਮ੍ਰਿਤ ਮੰਗ ਰਹੇ ਹੋ, ਅਸੀਂ ਤੁਹਾਨੂੰ ਕਿਵੇਂ ਦਿਆਂਗੇ? ਤੇ ਸਤਿਗੁਰੂ ਕਹਿੰਦੇ ਲਿਆ ਕਿਵੇਂ ਇਹ ਤੇ ਪਤਾ ਨਾ। ਹਾਂ ਮਹਾਰਾਜ, ਲਿਆ ਕਿਵੇਂ ਉਹ ਪਤਾ। ਫਿਰ ਮਹਾਰਾਜ ਕਹਿੰਦੇ ਜਿਵੇਂ ਲਿਆ ਉਵੇਂ ਦਿਓ, ਅੰਮ੍ਰਿਤ ਮੈਨੂੰ ਵੀ ਦਿਓ ਗੁਰ ਖਾਲਸਾ ਜੀ। ਆ ਸੁਣ ਖਾਲਸਾ ਜੀ, ਮੈਨੂੰ ਇਸ਼ਕ ਦੇ ਨਾਮ ਦੀ ਚੜੇ ਰੰਗ ਅੱਧੇ ਮਾਣ ਲਾ ਰੱਬੀ ਹੁਲਾ ਰਿਹਾ ਨੂੰ,
ਅੱਗੋਂ ਸਿੰਘਾਂ ਨੇ ਕੀ ਜਵਾਬ ਦਿੱਤਾ? ਅੱਗੋਂ ਸਿੰਘਾਂ ਨੇ ਆਖਿਆ, ਸੁਣੋ ਸਤਿਗੁਰ, ਤਾਂ ਕਿਸੇ ਪਿਆ ਮਣ ਜਾ ਰਿਹਾ ਨੂੰ ਆਸਾ ਮੁਫਤ ਨਾ ਲਿਆ, ਨਾ ਮੁਫਤ ਦੇਣਾ ਮਿਲਦਾ ਸਿਰਾ ਦੇ ਬੋਬਿਆਂ ਤਾਰਿਆਂ ਨੂੰ। ਬੋਬੇ ਇੱਕ ਪੰਜਾਬੀ ਦਾ ਲਫ਼ਜ਼ ਹੈ, ਵੀ ਤੂੰ ਕੀ ਮੈਨੂੰ ਬੋਬੇ ਦਿੱਤੇ ਨੇ? ਆਖੋ ਪਿਆਰ ਨਾਲ ਸ੍ਰੀਮਾਨ ਮਿਲਦਾ ਸਿਰਾ ਦੇ ਬੋਬਿਆਂ ਤਾਰਿਆਂ ਨੂੰ। ਬੋਬੇ ਆਖਿਆ ਨਾਨਕ ਗਵਾ ਲੈ ਲੋ। ਗੁਰੂ ਗ੍ਰੰਥ ਸਾਹਿਬ ਇਸ਼ਾਰਾ ਕਰਦੇ ਨੇ ਮਹਾਰਾਜ ਔਰ ਕਹਿੰਦੇ ਨੇ ਕਿ ਬਾਬਾ ਨਾਨਕ ਮੇਰਾ ਗਵਾਹ ਹੈ। ਤੇ ਸਤਿਗੁਰੂ ਕੀ ਆਖਦੇ ਨੇ? ਖਾਲਸਾ ਜੀ, ਇਹ ਮੇਰੇ ਉਸਤਾਦ ਜੀ ਦੀ ਲਿਖਤ ਹੈ। ਮੈਨੂੰ 30 ਸਾਲ ਹੋ ਗਏ ਬੋਲਦੇ ਨੂੰ ਕਿ ਦਾਮ ਤੋਂ ਦੇ ਨਾ ਸਕੂ। ਖਾਲਸਾ ਜੀ, ਕਦੀ ਸੋਚਿਆ ਅੰਮ੍ਰਿਤ ਕਿੰਨਾ ਮਹਿੰਗਾ? ਇੱਕ ਵਾਰੀ ਪਿਆਰ ਨਾ ਆਖੋ ਸ੍ਰੀ ਮਾਨ, ਕਿਉਂਕਿ ਅਸੀਂ ਕਦਰ ਤਾਂ ਨਹੀਂ ਕਰ ਰਹੇ, ਸਾਨੂੰ ਸਸਤਾ ਮਿਲ ਰਿਹਾ। ਇੱਕ ਵਾਰੀ ਆਖੋ ਸ੍ਰੀ ਮਾਨ, ਸਾਨੂੰ ਸਸਤਾ ਮਿਲ ਰਿਹਾ, ਅਸੀਂ ਫਿਰ ਵੀ ਵਾਂਝੇ ਰਹਿ ਰਹੇ, ਵਾਂਝੇ ਨਹੀਂ ਰਹਿਣਾ ਪਿਆਰਿਓ। ਕਈ ਸੋਚਦੇ ਨੇ ਵਿਸਾਖੀ ਆਈ ਹੈ, ਅਗਲੀ ਵਿਸਾਖੀ ਤੇ ਮੈਂ ਮਨ ਬਣਾ ਲੈਣਾ। ਕਿਸੇ ਨੂੰ ਪਤਾ ਅਗਲੀ ਵਿਸਾਖੀ ਆਉਣੀ ਹੈ ਕਿ ਨਹੀਂ ਆਉਣੀ? ਮੈਂ ਕਟਾਊਂਗਾ ਕਟਾਰੋ ਸੰਗ, ਦੋਸਤ ਹੰਦ ਕੀ ਦੀਵਾਰੋਂ ਮੈਂ ਚਲਾਊਂਗਾ, ਮੈਂ ਇਕੱਲਾ ਹੀ ਰਹਿ ਜਾਵਾਂਗਾ। ਹੋਰ ਕਿਆ ਕੇਲਾ ਫਿਰ ਫਿਰੂੰਗਾ ਮੈਂ ਜੰਗਲੋਂ ਮੈਂ, ਛੱਡ ਕੇ ਪਲੱਛ ਸੇਜਾ ਕਾਂਟੋ ਕੀ ਵਿਛਾਊਂਗਾ। ਸਿਰ ਪਹਿਲਾਂ ਤਾਜ ਹੋਗਾ, ਹੱਥ ਪਹਿਲਾਂ ਬਾਜ ਹੋਗਾ, ਖੁਸ ਗਿਆ ਰਾਜ ਹੋਗਾ, ਲਵਾਸ ਕਰ ਲਾਊਂਗਾ। ਮਾਤਾ ਕਾ ਨਾ ਪਿਆਰ ਹੋਗਾ, ਬੇਟੋ ਕਾ ਨਾ ਹਾਰ ਹੋਗਾ, ਸੰਜਰ ਸੰਸਾਰ ਹੋਗਾ, ਮਾਹੀ ਗੁਣ ਗਾਊਂਗਾ, ਸੁਖੋ ਕੇ ਸਮੇਤ ਸਰਬੰਸ ਸਭ ਭੇਟ ਕੀਆ ਆਪ ਤੋਂ ਪਲਾਦ ਅੰਮ੍ਰਿਤ ਸੇਵਕ ਕਹਿ ਲਾਊਂਗਾ। ਸਾਧ ਸੰਗਤ, ਖੰਡੇ ਬਾਟੇ ਦਾ ਅੰਮ੍ਰਿਤ ਪਾਲ ਕਰੋ। ਇੱਕ ਵਾਰ ਇੱਕ ਰਾਗੀ ਸਿੰਘ ਪਿਆਰੇ ਆਏ, ਉਹ ਧਾਰਨਾ ਪੜ ਰਹੇ ਸੀ, ਬਈ ਜੇ ਮਿਲਦਾ ਕਲਗੀਆਂ ਵਾਲੇ ਨੂੰ ਸਿਰ ਧਰ ਕੇ ਤਲੀ ਤੇ ਆ ਜਾ। ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ ਕਹਿਣ ਲੱਗੇ, ਏਦਾਂ ਨਹੀਂ, ਤੁਸੀਂ ਕਹੋ ਵੀ ਖੰਡੇ ਦਾ ਅੰਮ੍ਰਿਤ ਪੀ ਲੈ ਜੇ ਮਿਲਣਾ ਕਲਗੀਆਂ ਵਾਲੇ ਨੂੰ। ਪੜੋਗੇ ਸਾਰੇ ਪਿਆਰ ਨਾਲ, ਜੇ ਮਿਲਣਾ ਕਲਗੀਆਂ ਵਾਲੇ ਨੂੰ, ਜੇ ਮਿਲਣਾ ਕਾਜਾ ਵਾਲੇ ਨੂੰ, ਜੇ ਮਿਲਣਾ ਸਾਰੇ ਬੋਲੋ ਭਾਈ ਨੂੰ, ਜੇ ਮਿਲਣਾ ਮਿੰਟਾਂ ਵਿੱਚ ਸਮਾਪਤੀ ਕਰਦਾ। ਇੱਕ ਵਾਰੀ ਪਿਆਰ ਨਾਲ ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਜਿਹੜੇ ਤੁਹਾਡੇ ਮਨ ਜੁੜੇ ਨੇ, ਜਿਹੜਾ ਤੁਸੀਂ ਆਪਣੇ ਵੀਰ ਨੂੰ ਮੈਨੂੰ ਨਵਾਜ਼ ਰਹੇ ਹੋ, ਮੈਂ ਕੋਈ ਏਡਾ ਬਹੁਤਾ ਵਿਦਵਾਨ ਨਹੀਂ, ਇੱਕ ਵਾਰੀ ਪਿਆਰ ਨਾਲ ਆਖੋ ਸ੍ਰੀ ਵਾਹਿਗੁਰੂ। ਸੋ ਖਾਲਸਾ ਜੀ, ਇਹ ਤੁਹਾਡੀ ਨਵਾਜ਼ਿਸ਼ ਹੈ, ਇਹ ਤੁਹਾਡਾ ਪਿਆਰ ਹੈ, ਇਹ ਤੁਹਾਡਾ ਪ੍ਰੇਮ ਹੈ। ਕਿਉਂਕਿ ਜਦੋਂ ਵੀ ਇੱਥੇ ਆਉਂਦਾ ਹਾਂ, ਬੜਾ ਪਿਆਰ ਕਰਦੇ ਨੇ ਪ੍ਰਮੁੱਖ ਸਾਹਿਬਾਨ, ਔਰ ਇੱਥੋਂ ਦੇ ਗੁਰੂ ਕੇ ਵਜ਼ੀਰ ਬੜਾ ਪਿਆਰ ਬਖਸ਼ਦੇ ਨੇ, ਗੁਰਦੇਵ ਸਿੰਘ ਜੀ, ਗੁਰਨਾਮ ਸਿੰਘ ਜੀ, ਹੋਰ ਸਾਰੇ ਵੀਰ ਜਿਤਨੇ ਨੇ, ਔਰ ਖਜਾਨ ਸਿੰਘ ਜੀ, ਜਿੰਨੇ ਪਿਆਰ ਵਾਲੇ, ਸਾਰੇ ਪਿਆਰ ਵਾਲੇ ਨੇ ਸੱਜਣ, ਬੜਾ ਪਿਆਰ ਬਖਸ਼ਦੇ ਹੈ। ਔਰ ਜਦੋਂ ਆ ਜਾਂਦੇ ਵੀ ਇਹਨਾਂ ਨੂੰ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਕੁਛ ਮਿਲ ਗਿਆ। ਇਹ ਪਿਆਰ ਦੀਆਂ ਗੱਲਾਂ ਨੇ, ਆਖੋ ਪਿਆਰ ਨਾਲ ਸ੍ਰੀ ਵਾਹ, ਇਹ ਪਿਆਰ ਦੀਆਂ ਗੱਲਾਂ ਨੇ ਸਾਧ ਸੰਗਤ ਜੀ। ਸੋ ਮੈਂ ਕੋਈ ਏਡਾ ਬਹੁਤਾ ਸਿਆਣਾ ਨਹੀਂ,
कि मैं तुम्हें अनुभव तो कुछ दस सका। तो खालसा जी मेरे भी ज्ञान सिंह जी ने एक गीत पढ़िया सी, मैं भी एक गीत जरूर पढ़ागा ते समाप्ति करांगा। तो पर ओ बड़ा एक निशाने ते गीत है जिहड़ा मैं पढ़ना, वो ये है कि खालसे नूं महाराज ने एवें नहीं किया कि खालसा मेरो रूप है खास, सचमुच अपना रूप बनाया महाराज ने प्यार नाल कट के आखो श्री वाहे। क्योंकि जिस वेले मता पातशाह ने किया भी बाजा वालिया असीं गुरु नानक साहब का वास्ता तुहानूं पाउने आ कि तुसीं कड़ी चमकौर नूं छड़ जाओ, एक बार प्यार नाल आखो श्री वाह। अल्लाह यार खां जोगियां दा चमकौर की कड़ी है, घेरे महाशरा में साथियों साथ चाली, उन्हें लश्कर जरारा साथियों के परखने की कीनी, अजायब रचना कहर न ठहर सके जे देख के नजारा, सुने द्रोणाचार्य मरिया असर थामा, बात रहवाशुए पुरुष प्या बेचारा, रुस्तम बिहार हुआ सुराब के कत्ल पर, लक्ष्मण की मूर्छा पर श्री राम हा पुकारा, बाबा गुरु गोविंद सिंह कुर्बान जाऊं तेरे, नेपोलियन की मानत हथियार तूने डारा, बाबा गुरु गोविंद सिंह कुर्बान ऐसी जुड़त परिवार तूने वारा पर सीरा उफ उचारा। वो कहता बाजा वाले तू परिवार वार देते पर मुंह विचो उफ नहीं उचारी, वार ने अर्थ पता संगत जी की है, इन पुत्र में के शीश पर वार दिए सतचार। और गुरु कलगी धरदे खालसा अखवाण वाले गुरु नानक नाम लेवा, गुरसिख अखवाण वाले खालसिया कभी सोचिए तेरे ते किनिया बख्शिशा कीतिया तेरे कलगी वाले ने, आखो प्यार ना श्री वाले आप असी तुसी सारे बिचे कठे ही है के एक बारी आखो श्री वाह। इन पुत्र ने कह शीश पर तुहानू आख्या खालसा जी, इन पुत्र ने कह शीश पर वार दिए सतचार। वारन का अर्थ पता की है, वारन का अर्थ है सियाणिया चंगिया मावा बस्तर माया, गरीब गुरबे ने सिर तो मार के अपने बच्चे ने सिर तो मार के गरीब गुरबे नु दान कर दिए कि मेरा बच्चा तंदुरुस्त रहे, आखो प्यार ना श्री वाह। कलगिया वाले ने चार निशान, क्योंकि पुत्र निशान होंगे, एक बारी आखो श्री वाह, पुत्र निशान होंगे, लखा हजारा निशान सतगुरां कायम कर दिते ने पर अपने चार निशान मार दिते ने, अपने प्यार पंथ उत्तर नहीं मार दिते ने, इन पुत्र ने के शीस पर मार दिए सत चार, चार मुए तो क्या हुआ जीवित कई हजार, अपने प्यारे बच्चे पंथ दे पंथ पुत्र तो नहीं मारे ने मार दिते ने। और जिस वेले खालसा जी हजूर चलन लगे ने अपना कलगी तोड़ा भाई संगत सिंह दे शीश ते रखे मारे ने, आखो श्री वाह। गड़ी चौकौर विच खालसे नू अपना रूप दिता महाराज ने, गुरता गद्दी गुरु ग्रंथ साहिब महाराज नू सचखंड नदेड़ दित्ती है जाके, लेकिन खालसा जी खालसे नू अपना रूप है और अपना आप सारा सौंप दिता गड़ी चमकौर विच महाराज ने। इसे लिए साहब ने कहा सी भाई दया सिंह पटना साहब जो है वह सिखी का पंगूड़ा है, आनंदपुर साहब सिखी का स्कूल है, एक खालसे की यूनिवर्सिटी है, इतने खालसे का इम्तिहान होना है, एक बार प्यार ना आखो श्री वाह। हजूर जोड़ा ला के तुर चले ने और भाई दया सिंह कहना बाजा वाले जोड़ा क्यों ला रहे हो, भाई दया सिंह जी इतने उन्होंने सिंह का खून डुलिया, इतने और सिंह शहीद होए पाए ने जिन्होंने खंडे बाटे का अमृत पान किया, किसी सिंह का शीस भी होगा, किसी ने केस भी खुले हो गए, गुरु गोबिंद सिंह का जोड़ा कित केसा से ना आए, आखो प्यार ना सिखी देने वाले तेन सिखी ना किन्ना प्यार है, सिखी आदत दंदिया त्यासती रही हकीकत जमाने दसदी रही, बर्बाद होके फिर वसदी रही, ये आशक दिलों कटारा से परखे, प्यार ने फुलों खारा से परखे, गली में लो दिया तलारा से परखे, तो बच्चे दुध चुंग दे तलवारा से परखे, निकला थे जब चमकौर से करतार सब बर्बाद सी, पैरों पे शाले पाए हुए तांत लेते दिल शाद सी, फर्श पे हाहाकार सी, अर्शन पे जाजा नासी, जिस दिन आत्म यासी प्रभु से यू कह रहे, मैं सूर सुराही करांगा खंजर प्याले पियांगा, प्रभु पंथ मेरे को सुख मिले मैं दुखा दे जीवन जियांगा। एक गीत दे बड़ा पुराना है पर सबरी साहब ने बड़ी कमाल की थी है, ये कह के समाप्ति करता है। सुनो मैं धनवादी हाँ वीर ज्ञान सिंह सुरजीत सिंह होरां दा और बलवंत सिंह जी मेरे वीर जी सतगुरु कृपा करन, इन्हां नूं देर उक्ता बख्शन, सिर ते मेहर भरे हाथ रखन, होर इत्थों दीआं संगतां दा बहुत बहुत धन्नवाद करदा, प्रधान साहब जी चेहरू साहब सैकटरी साहब जी और गुरु कीआं संगतां दा नरक साहब जी ज्ञानी गुरदेव सिंह जी होर सारे वीरां दा बहुत बहुत धन्नवाद है और शेरपुरी जथे दा भी धन्नवाद है। सो आ मैं गीत कह के समाप्ति करदा हां।
ਕੇਵਲ ਸਿੰਘ ਜੀ ਜੋ ਇੱਥੇ ਆਏ ਹੋਏ ਨੇ, ਬੜੇ ਸੇਵਕ ਨੇ, ਗੁਰੂ ਘਰ ਦੇ ਵੀ ਕੀਰਤਨੀਏ ਨੇ ਔਰ ਤਬਲਾ ਵੀ ਸੋਹਣਾ ਵਜਾਉਂਦੇ ਨੇ। ਮੇਰੇ ਨਾਲ ਕਈ ਵਾਰੀ ਸੰਗਤ ਕੀਤੀ ਇਹਨਾਂ ਨੇ। ਸੋ ਖਾਲਸਾ ਜੀ ਆ ਸ਼ਰਮਣ ਕਰਿਆ ਜੇ ਚੰਦ ਲਾਈਨਾ ਦਾਸ ਤੁਹਾਡੇ ਸਾਹਮਣੇ ਅੱਜ ਕਰ ਰਹੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ, ਤਾਂ ਕਿ ਤੁਹਾਡੀ ਦਿੱਤੀ ਹੋਈ ਮਾਇਆ ਜੋ ਨੇਤਰਹੀਣ ਜਿਹੜੇ ਵਿਚਾਰੇ ਉਹ ਆ ਕੇ ਉੱਥੇ ਰਹਿਣਗੇ, ਕੀਰਤਨ ਸਿੱਖਣਗੇ, ਗੁਰਬਾਣੀ ਸਿੱਖਣਗੇ, ਬਜਾਏ ਉਹ ਸੜਕਾਂ ਤੇ ਰੋਣ ਤੋਂ ਉਹ ਗੁਰੂ ਕਾ ਕੀਰਤਨ ਕਰਨਗੇ, ਉਹ ਗੁਰੂ ਕਾ ਸ਼ਬਦ ਪੜ੍ਹਨਗੇ। ਸੋ ਇਸ ਵਾਸਤੇ ਬਹੁਤ ਵੱਡਾ ਪ੍ਰਭਕਾਰ ਹੈ ਇਹ ਜੋ ਤੁਹਾਡੀ ਮਾਇਆ ਜਿਹੜੀ ਦਿੱਤੀ ਹੋਈ ਹੈ, ਇਹ ਬਹੁਤ ਲੇਖੇ ਵਿੱਚ ਹੈ। ਔਰ ਸਾਰ ਸੰਗਤ ਇਹੋ ਜਿਹੇ ਕੰਮਾਂ ਵਾਸਤੇ ਦਿਲ ਖੋਲ੍ਹ ਕੇ ਮਾਇਆ ਦਿਆ ਕਰੋ, ਕਿਉਂਕਿ ਬੰਦਾ ਇਨਸਾਨ ਜੋ ਹੈ ਉਹ ਗ੍ਰਿਸ਼ਤੀ ਜੀਵਨ ਬਤੀਤ ਕਰਦਾ ਹੈ, ਇਹਨੂੰ ਪਤਾ ਨਹੀਂ ਲੱਗਦਾ ਇਹਦੀ ਮਾਇਆ ਕੁਝ ਇੱਧਰ ਚਲੀ ਜਾਂਦੀ, ਕੁਝ ਇੱਧਰ ਚਲੀ ਜਾਂਦੀ ਹੈ। ਸੋ ਇਸੇ ਤਰ੍ਹਾਂ ਇਹ ਚੱਲਦੇ ਦਰਿਆ ਦੇ ਵਿੱਚੋਂ ਜੇ ਇੱਧਰ ਵੀ ਕੁਝ ਹਿੱਸਾ ਪੈ ਜਾਵੇਗਾ, ਉਹ ਨੇਤਰਹੀਣ ਜਿਹੜੇ ਨੇ ਉਹਨਾਂ ਦੇ ਜੋ ਮਨ ਨੇ ਉਹ ਤੁਹਾਨੂੰ ਸ਼ੀਸ਼ਾ ਦੇਣਗੇ। ਸੋ ਖਾਲਸੇ ਵੀ ਆਓ ਸ਼ਰਵਣ ਕਰਿਆ ਜੇ ਦਾ ਸਮਾਪਤੀ ਕਰੇਗਾ, ਆ ਪਿਆਰ ਨਾਲ ਸ਼ਰਵਣ ਕਰਨ ਸੀਸ ਨਾ ਆਇਆ ਏ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।